जोगी गिर ही पंडित देखदारी ए सूते अपने अहंकार जोगी गिर ही पंडित पेखदार ए सूते अपने अहंकार सूते अपने अहंकार माया मद मत्ता रहया सो
सो जाओगे। जो तत्व विचार सो जाओगे, सो पंच दूत ओम
जिस सतगुर मिले सो जागे। जो वर नाम जागे को चौहर नाम बिच जागे को चौहर नाम बिच जागे को सूते अपने अहंकारी
माया मधुमता रहे सोए, माया मधुमता रहे सोए, जागत रहे नामू से को लगातार लड़ीवार बाबा कबीर जी दी बाणी दी श्लोकां विचों रात नूं रात दे दीवान विच ए सब्जेक्ट शुरू होया। वैसे तो पिछले दिनों तो ईशु मसीह पर रात दा जिहड़ा सब्जेक्ट बड़ा खुल के सी कबीर सोता क्या करे कबीर सोता क्या करे उठ के न जपे मुरार ओ मालिक जेड़ा गुना पाप अंदर बैठा होया दैंत जेड़ा है ओनू खत्म करदा है ओनू परवान नहीं करदा ओन नाल जुड़ जिस दिन तेरे अंदरों गुनाहां दा पापां दा दैंत खत्म हो गया ते उत्थे गुणा दा देवता आ गया रब नाल प्रभु नाल तेरा मेल हो जाएगा। कबीर सूता क्या करे उठ के न जपे मुरार एक दिन सोमन होएगो लंबे गोंड पसार ये समा मिले है समा न गोहा मकसद हल कर ले। कबीर सूता क्या करे की कर रहे है बैठा रहो भावे बैठा ही रहे इथो मसला रहा सी जे जाग के बैठा ही रहना कुछ नहीं करना जागन का फायदा की बैठा रहो और जाग ते उन्दे विच सवाल ही खड़ा होया सी के कुछ करन तो पहला की करना है इनू पछाण तुरना चाहना इन विस्तार विच नहीं जाना चाहता क्योंकि रात बहुत समा लग चुका है। जाते संगते विछड़ा ताहूं के संगलाद जिंदे कोलों टुट के वखरा होया बैठा है उन्दे नाल जुड़न दा तरीका होया कि तू अपने कर्मा नू अपने जीवन दी स्टाइल नू पछाण लें की करना है की नहीं करना कर्मा दी पछाण ही तो है। हुण मैं उस तो अगे वधां अज दा शब्द है कहन लगे सिर्फ अखां खोल के जागण दा ना ही जागण नहीं लो इत्थे सो एक शर्त वाचक लफज है जिथे आपां आखिए ना भी जागना तो उसे दा है सो जागे इहदा मतलब कोई होर जागना भी है
ਸੋ ਨੇ ਇੱਕ ਸ਼ਰਤ ਰੱਖ ਦਿੱਤੀ ਹੈ। ਕਹਿਣ ਲੱਗੇ ਮਸਲਾ ਜਾਗਣ ਦਾ ਹੈ, ਦਿਨੇ ਤਾਂ ਦੁਨੀਆ ਹੀ ਜਾਗਦੀ, ਮਨੁੱਖ ਰਾਤ ਨੂੰ ਸੌਂਦਾ ਦਿਨੇ ਜਾਗਦਾ ਹੈ, ਦਿਨ ਇਹ ਸਮਝਦਾ ਜਾਗਣ ਵਾਸਤੇ, ਜੇ ਦਿਨੇ ਸੁੱਤਾ ਰਹੇ ਤੇ ਘਰ ਦੇ ਜੀਵ ਵੀ ਉਦਾਸ ਹੋ ਜਾਂਦੇ ਨੇ, ਨਾਰਾਜ਼ ਹੁੰਦੇ। ਮੈਂ ਇੱਕ ਵਾਰ ਕੀਤੀ ਸੀ, ਜਿਹੜੀ ਮਾਂ ਕਦੀ ਸਵਾਣ ਲਈ ਲੋਰੀਆਂ ਦਿੰਦੀ ਸੀ ਨਾ, ਜਦੋਂ ਬੱਚਾ ਵੱਡਾ ਹੋਇਆ ਹੁਣ ਜਰਾ ਦਿਨ ਚੜਿਆ ਸੁੱਤਾ ਨਹੀਂ ਉੱਠਦਾ, ਉਹਨੂੰ ਉਲਾਂਭੇ ਦਿੰਦੀ, ਸੂਰਜ ਕਿੱਥੇ ਆ ਗਿਆ, ਸੁੱਤਾ ਹੀ ਪਿਆ, ਕਿਉਂਕਿ ਦਿਨ ਜਾਗਣ ਲਈ, ਦਿਨ ਜਾਗਣ ਲਈ, ਰਾਤ ਸੌਣ ਲਈ। ਪਰ ਗੁਰੂ ਕਹਿੰਦੇ ਨੇ ਐਸੇ ਵੀ ਨੇ ਜਿਹੜੇ ਰਾਤ ਨੂੰ ਵੀ ਜਾਗਦੇ ਨੇ, ਗੁਰੂ ਨੇ ਬਾਣੀ ਵਿੱਚ ਐਨਿਸ ਜਾਗੇ ਨੀਂਦ ਨਾ ਸੋਵੇ, ਦਿਨ ਰਾਤ ਹੀ ਜਾਗੇ, ਉਹ ਹੋਰ ਵੱਡੀ ਗੱਲ ਹੈ। ਹਾਲਾਂਕਿ ਇਹ ਗੱਲ ਨਾਮੁਮਕਿਨ ਹੈ, ਦਿਨ ਰਾਤ ਕੋਈ ਨਹੀਂ, ਕਿੰਨੇ ਕੁ ਦਿਨ ਜਾਗੇਗਾ, ਆਰਾਮ ਤੇ ਚਾਹੀਦਾ, ਰਾਤ ਸੌਣ ਲਈ। ਪਰ ਇੱਕ ਖਿਆਲ ਕਰਿਓ, ਰਾਤ ਨੂੰ ਵੀ ਕੁਛ ਲੋਕ ਜਾਗਦੇ ਨੇ, ਜਾਗਣਾ ਹੀ ਸਭ ਕੁਝ ਹੋਵੇ ਤਾਂ ਉੱਲੂ ਜਾਗਦਾ ਰਾਤ ਨੂੰ, ਦੁਨੀਆ ਸੁੱਤੀ ਪਈ ਹੁੰਦੀ ਹੈ, ਉਹ ਜਾਗਦਾ। ਚੋਰ ਜਾਗਦਾ ਰਾਤ ਨੂੰ, ਦੁਨੀਆ ਸੁੱਤੀ ਪਈ ਹੁੰਦੀ, ਉਹ ਤਾਂ ਇੰਤਜ਼ਾਰ ਤੇ ਉਡੀਕ ਕਰਦਾ, ਲੋਕ ਸੌਣ ਤੇ ਮੈਂ ਜਾਗਾਂ, ਜਾਗਦਾ। ਜਿਹੜਾ ਰੋਗੀ ਹੈ ਉਹਨੂੰ ਵੀ ਸਾਰੀ ਰਾਤ ਨੀਂਦ ਨਹੀਂ ਆਉਂਦੀ, ਬੇਦਨ ਹੈ। ਗੁਰੂ ਨੇ ਆਪਣੇ ਤੁਕ ਆਈ ਸੀ, ਐਨਸ ਜਾਗੇ ਨੀਂਦ ਨਾ ਸੋਵੇ, ਅਗਲੀ ਤੁਕ ਸੀ, ਸੋ ਜਾਣੇ ਜਿਸ ਵੇਦਨ ਹੋਵੇ, ਜਿਹਨੂੰ ਵੇਦਨ ਹੈ, ਦੁਖੀ ਹੈ, ਪੀੜਾ ਹੋ ਰਹੀ ਹੈ। ਹੁਣ ਘਰ ਦੇ ਜੀ ਵੀ ਚਾਹੁੰਦੇ ਨੇ ਕਿਸੇ ਤਰ੍ਹਾਂ ਕੋਈ ਇੰਜੈਕਸ਼ਨ ਹੀ ਦੇ ਦਿਓ, ਕੋਈ ਨੀਂਦ ਦੀ ਗੋਲੀ ਦੇ ਦਿਓ, ਕੋਈ ਪੇਨ ਕਿਲਰ ਹੀ ਦੇ ਦਿਓ, ਕਿਸੇ ਤਰ੍ਹਾਂ ਇਹਨੂੰ ਨਹੀਂ ਡਾ ਜਾ, ਪਰ ਉਹਨੂੰ ਪੀੜਾ ਹੈ, ਰੋਗੀ ਹੈ, ਪੀੜਾ ਸਤਾ ਰਹੀ, ਨਹੀਂ ਸੌਂਦਾ। ਹੁਣ ਜੇ ਉਹ ਨਹੀਂ ਸੌਂਦਾ ਤੇ ਉਹਨੂੰ ਜਾਗਣ ਵਿੱਚ ਥੋੜਾ ਮੰਨ ਲਵਾਂਗੇ ਵੀ ਉਹ ਜਾਗਣਾ ਖੁਸ਼ੀ ਨਾਲ ਜਾਗ ਰਿਹਾ, ਨਹੀਂ, ਉਹਦੀ ਪੀੜਾ ਉਹਨੂੰ ਮਜਬੂਰ ਕਰ ਰਹੀ ਹੈ, ਉੱਲੂ ਵੀ ਜਾਗ ਰਿਹਾ ਹੈ, ਵੇਦਨ ਵਾਲਾ, ਪੀੜਾ ਵਾਲਾ ਰੋਗੀ ਵੀ ਜਾਗ ਰਿਹਾ ਹੈ, ਚੋਰ ਵੀ ਜਾਗ ਰਿਹਾ ਹੈ, ਆਪਣੀ ਮਰਜ਼ੀ ਨਾਲ ਉਡੀਕ ਕਰਕੇ ਜਾਗ ਰਿਹਾ, ਲੋਕ ਸੌਣ ਤੇ ਮੈਂ ਜਾਗਾਂ। ਹੁਣ ਸਵਾਲ ਹੈ ਵੀ ਚੋਰ ਜੇ ਜਾਗਦਾ ਹੈ ਤਾਂ ਕੀ ਉਹ ਭਗਤੀ ਹੈ, ਉਹ ਜਾਗਰਤੀ ਹੈ, ਜੋ ਕੁਛ ਕਰ ਰਿਹਾ ਇਹ ਨਹੀਂ ਪਛਾਣ ਰਿਹਾ। ਮੈਂ ਇੱਕ ਵਾਰੀ ਬਲਕਿ ਅਰਜ਼ ਕੀਤੀ ਸੀ, ਕਿਰਤ ਦੀ ਗੱਲ ਚੱਲੀ ਕਿ ਕਿਰਤ ਘਾਲਣਾ ਵੱਡੀ ਹੋਣੀ ਚਾਹੀਦੀ ਹੈ, ਅਤੇ ਮੈਂ ਅਰਜ਼ ਕੀਤੀ ਸੀ ਕਿਹੜੀ ਅਜੀਬ ਗੱਲ ਹੈ, ਇੱਕ ਦੁਕਾਨਦਾਰ ਦੁਕਾਨ 'ਤੇ ਬੈਠਾ ਹੈ, ਉਹਦੇ ਉੱਪਰ ਪੱਖਾ ਚੱਲ ਰਿਹਾ, ਗਰਮੀਆਂ ਦੇ ਦਿਹਾੜੇ ਨੇ, ਏਸੀ ਉਹਦੀ ਦੁਕਾਨ ਵਿੱਚ ਛੱਡਿਆ ਹੋਇਆ ਹੈ, ਗੱਦੀ ਨਰਮ ਲਗਾ ਕੇ ਬੈਠਾ ਹੈ, ਪਿੱਠ 'ਤੇ ਵੀ ਉਸਨੇ ਸਿਰਹਾਣਾ ਰੱਖਿਆ ਹੋਇਆ ਹੈ, ਕੱਪੜੇ ਦੀ ਦੁਕਾਨ ਹੈ, ਸਾਫ਼ ਸੁਥਰਾ, ਨੌਕਰ ਵੀ ਖਲੋਤਾ, ਉਹਨੂੰ ਕੱਪੜਾ ਦਿਖਾਉਣ ਲਈ ਵੀ ਆਪ ਨਹੀਂ ਉੱਠਣਾ ਪੈਂਦਾ। ਕੀ ਉਹਦੀ ਘਾਲਣਾ ਵੱਡੀ ਹੈ, ਉਹਨੂੰ ਤੁਸੀਂ ਸੁਕਿਰਤ ਵੱਡੀ ਘਾਲਣਾ ਆਖੋਗੇ ਕਿ ਉਹਦੀ ਘਾਲਣਾ ਵੱਡੀ ਹੈ ਜਿਹੜਾ ਰਾਤ ਦੇ ਅੰਧੇਰੇ ਵਿੱਚ ਨੀਂਦ ਗੁਆ ਕੇ ਘਰੋਂ ਨਿਕਲਿਆ, ਠੇਡੇ ਖਾ ਰਿਹਾ ਹੈ, ਕਦਮ ਕਦਮ 'ਤੇ ਠੇਡੇ ਨੇ, ਦੀਵਾਰਾਂ ਟੱਪ ਰਿਹਾ, ਕਿਸੇ ਦੇ ਘਰ ਪਹੁੰਚਿਆ, ਉੱਥੇ ਜਾ ਕੇ
ਦੌਲਤ ਦੀਆਂ ਪੰਡਾਂ ਬੰਨ ਲਈਆਂ ਨੇ। ਉਹਨੇ ਦੇਰ ਨੂੰ ਘਰ ਦਾ ਮਾਲਕ ਜਾਗ ਪਿਆ, ਸਭ ਕੁਝ ਛੱਡ ਕੇ ਭੱਜਣਾ ਪਿਆ, ਪੱਲੇ ਕੁਝ ਵੀ ਨਹੀਂ ਪਿਆ। ਭਲਾ ਦੋਵਾਂ ਵਿੱਚੋਂ ਔਖੀ ਘਾਲਣਾ ਕਹਿੰਦੀ ਹੋਈ ਹੈ, ਉਹਨੂੰ ਅਸੀਂ ਚੋਰ ਆਖਦੇ ਹਾਂ। ਸੋਚਣਾ ਪਏਗਾ, ਉਹਨੂੰ ਅਸੀਂ ਚੋਰ ਆਖ ਰਹੇ ਹਾਂ। ਜਿਹੜਾ ਔਖਾ ਹੋ ਕੇ ਆਖਰ ਤਾਂ ਉਹ ਵੀ ਕਮਾਈ ਕਰਨੀ ਗਿਆ ਹੈ ਨਾ, ਉਹ ਵੀ ਤਾਂ ਦੌਲਤ ਕਮਾਉਣੀ, ਸੁੱਖ ਕਮਾਉਣੀ ਇਕੱਠੇ ਕਰਨ ਗਿਆ, ਵੀ ਕਿਸੇ ਦੇ ਘਰੋਂ ਸੁੱਖ ਮੈਨੂੰ ਮਿਲ ਜਾਣ ਅਤੇ ਮੈਂ ਵੀ ਸੁਖੀ ਰਹਾਂ। ਅਤੇ ਜਿਹੜਾ ਗੱਦੀ ਲਾ ਕੇ ਦੁਕਾਨ 'ਤੇ ਬੈਠਾ ਹੈ ਉਹ ਵੀ ਸੁੱਖ ਲਈ ਬੈਠਾ, ਪਰ ਉਹ ਮੁਸ਼ਕਲਾਂ 'ਚ ਆ ਰਿਹਾ, ਉਹ ਆਰਾਮ ਨਾਲ ਬੈਠਾ ਕਮਾ ਰਿਹਾ। ਹੁਣ ਦੋਵਾਂ ਵਿੱਚੋਂ ਔਖੀ ਕਾਲ ਕਹਿੰਦੀ ਹੋਈ ਚੋਰ ਦੀ, ਚੋਰ ਕੀ ਕਾਰਨ ਹੈ? ਲੋਕ ਚੋਰ ਨੂੰ ਪਸੰਦ ਨਹੀਂ ਕਰ ਰਹੇ, ਉਸ ਗੱਦੀ 'ਤੇ ਬੈਠ ਕੇ ਕਮਾਈ ਕਰਨ ਵਾਲੇ ਨੂੰ ਪਸੰਦ ਕਰ ਰਹੇ ਨੇ। ਮੈਂ ਤਾਂ ਬਲਕਿ ਇੱਕ ਵਾਰ ਅਰਜ਼ ਕੀਤੀ ਸੀ ਕਿ ਕਿੰਨੀ ਅਜੀਬ ਗੱਲ ਹੈ, ਦੁਕਾਨਦਾਰ ਜਿਹੜਾ ਹੈ ਉਹ ਆਪਣੇ ਘਰ ਦੇ ਦਰਵਾਜ਼ੇ ਦੇ ਸਾਹਮਣੇ ਆਪਣਾ ਬੋਰਡ ਲਾ ਦਿੰਦਾ ਹੈ, ਨੇਮ ਪਲੇਟ ਲਗਾ ਦਿੰਦਾ ਹੈ, ਇਹ ਬਜਾਜ ਦਾ ਘਰ ਹੈ, ਇਹ ਸੁਨਾਰ ਦਾ ਘਰ ਹੈ, ਲੁਹਾਰ ਦਾ ਘਰ ਹੈ, ਲਿਖ ਦਿੰਦਾ ਹੈ। ਕਦੇ ਚੋਰ ਨੇ ਵੀ ਵੇਖਿਆ ਹੋਵੇ ਵੀ ਆਪਣੇ ਘਰ ਦੇ ਦਰਵਾਜ਼ੇ ਅੱਗੇ ਨੇਮ ਪਲੇਟ ਲਗਾਈ ਹੋਵੇ ਵੀ ਇਹ ਚੋਰ ਦਾ ਘਰ ਹੈ? ਉਹਨੂੰ ਪਤਾ ਦੁਨੀਆ ਮੈਨੂੰ ਪਸੰਦ ਨਹੀਂ ਕਰਦੀ, ਗੁਰੂ ਨੇ ਵੀ ਆਖ ਦਿੱਤਾ ਬਾਣੀ ਵਿੱਚ, ਚੋਰ ਕੀ ਹਮ ਭਰੇ ਨਾ ਕੋਏ, ਚੋਰ ਕੀ ਅਚੰਗਾ ਕਿਉਂ ਹੋਏ, ਚੋਰ ਸਵਾਲਿਓ ਚੋਰ ਸਿਆਣਾ, ਖੋਟੇ ਕਾਬਲ ਇੱਕ ਦੁਕਾਨਾ, ਜੇ ਸਾਥ ਰੱਖੀਏ ਦੀਜੇ ਰਲਾਏ, ਜਾਂ ਪਰਖੀਏ ਖੋਟਾ ਹੋ ਜਾਏ। ਕਦੇ ਉਹਨੇ ਦੁਨੀਆ ਦੇ ਸਾਹਮਣੇ ਆਪਣੀ ਦਲੀਲ ਵੀ ਰੱਖਣ ਦੀ ਹਿੰਮਤ ਨਹੀਂ ਕੀਤੀ, ਭਲੇ ਉਹ ਤੁਹਾਡੇ ਨਾਲੋਂ ਮੈਂ ਔਖੀ ਕਿਰਤ ਕਰਨਾ, ਤੁਸੀਂ ਤਾਂ ਰਾਤ ਦੇ ਠੇਡੇ ਖਾਂਦੇ ਹੀ ਨਹੀਂ, ਤੁਸੀਂ ਤਾਂ ਰਾਤ ਦੇ ਅੰਧੇਰੇ ਝਾਕਦੇ ਹੀ ਨਹੀਂ, ਤੁਸੀਂ ਤਾਂ ਸੁੱਖ ਦੀ ਨੀਂਦ ਸੁੱਤੇ ਪਏ ਹੁੰਦੇ, ਉਹ ਮੈਂ ਕੰਮ ਕਰਨਾ। ਕਦੇ ਕਿਸੇ ਚੋਰ ਨੇ ਵੀ ਇਹ ਦਲੀਲ ਦਿੱਤੀ? ਕਿਉਂਕਿ ਇੱਥੇ ਮਸਲਾ ਪਛਾਣ ਦਾ ਜਿਹੜਾ ਆ ਤੁਕ ਆਈ ਹੈ ਨਾ, ਮੈਂ ਇਸ ਨੂੰ ਲੈ ਕੇ ਤੁਹਾਡੇ ਨਾਲ ਤੁਰਨਾ ਚਾਹੁੰਦਾ। ਕਹਿੰਦੇ ਨੇ ਜਾਗਣਾ ਹਰ ਕਿਸੇ ਦਾ ਬਰਾਬਰ ਨਹੀਂ, ਹੁਣ ਚੋਰ ਵੀ ਜਾਗਦਾ, ਉੱਲੂ ਵੀ ਜਾਗਦਾ, ਪੀੜਾ ਵਾਲਾ ਰੋਗੀ ਵੀ ਜਾਗਦਾ, ਜਾਗਣਾ ਜਾਗਣਾ ਵੀ ਇੱਕੋ ਜਿਹਾ ਥੋੜ੍ਹਾ, ਕੋਈ ਹਰ ਜਾਗਣਾ ਭਗਤੀ ਥੋੜ੍ਹਾ। ਬਲਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਇੱਕ ਤੁੱਕ, ਇੱਕ ਸ਼ਬਦ ਬਹੁਤ ਦੇਰੀ ਹੋਈ ਪੜਿਆ ਸੀ, ਜਿਹਦੇ ਵਿੱਚ ਸਤਿਗੁਰੂ ਕਹਿੰਦੇ ਨੇ, ਸਾਕਤ ਕੀ ਅਵਰਦਾ, ਸਾਕਤ ਕੀ ਅਵਰਦਾ, ਜੈ ਬਿਰਥਾਰੀ ਜੈਸੇ ਕਾਗਦ ਕੇ ਬਾਰ, ਮੂਸਾ ਟੂਕ ਗਵਾਵਤ। ਕਹਿਣ ਲੱਗੇ ਚੂਹਾ ਵੀ ਰਾਤ ਨੂੰ ਜਾਗਦਾ, ਚੂਹਾ ਰਾਤ ਨੂੰ ਸੌਂਦਾ ਨਹੀਂ, ਦਿਨੇ ਭਾਵੇਂ ਕਿਸੇ ਥਾਂ 'ਤੇ ਲੁੱਕ ਕੇ ਬੈਠਾ ਰਹੇ, ਜਦੋਂ ਰਾਤ ਪੈ ਗਈ ਤੁਸੀਂ ਜਿਸ ਘਰ ਵਿੱਚ ਚੂਹਾ ਹੋਵੇ ਕਦੀ ਵੇਖਿਓ, ਰਾਤ ਨੂੰ ਠੁੱਕ ਠੁੱਕ ਕੋਈ ਨਾ ਕੁਝ ਕਰਦਾ ਰਹਿ ਗਿਆ, ਰਾਤ ਨੂੰ ਨਹੀਂ ਸੌਂਦਾ। ਬਲਕਿ ਗੁਰੂ ਨੇ ਇੱਕ ਐਗਜ਼ਾਮਪਲ ਦਿੱਤੀ, ਜੇ ਤੁਹਾਡੇ ਘਰ ਵਿੱਚ ਲਾਇਬ੍ਰੇਰੀ ਹੈ ਨਾ, ਬੜੀਆਂ ਕੀਮਤੀ ਕਿਤਾਬਾਂ ਨੇ ਜਿਨ੍ਹਾਂ ਨਾਲ ਕਈਆਂ ਦਾ ਜੀਵਨ ਸੌਰ ਸਕਦਾ ਹੈ, ਪੜ੍ਹ ਕੇ ਬੱਚਿਆਂ ਦੀ ਲਾਈਫ ਬਣ ਸਕਦੀ ਹੈ ਪੜ੍ਹ ਕੇ, ਤੁਸੀਂ ਉਹ ਕਿਤਾਬਾਂ ਇਕੱਠੀਆਂ ਕਰਕੇ ਘਰ ਵਿੱਚ ਲਾਇਬ੍ਰੇਰੀ ਬਣ ਲਿਆਉਂਦੀ ਹੈ, ਪਰ ਬਦਕਿਸਮਤੀ ਨਾਲ ਘਰ ਵਿੱਚ ਲਾਇਬ੍ਰੇਰੀ ਦੇ ਉਸ ਏਰੀਏ ਵਿੱਚ ਚੂਹਾ ਆ ਗਿਆ, ਚੂਹਾ ਆ ਗਿਆ, ਤੁਸੀਂ ਸੌਂ ਗਏ, ਉਹਨੇ ਕਿਤਾਬਾਂ ਟੁੱਕਣੀਆਂ ਸ਼ੁਰੂ ਕਰ ਦਿੱਤੀਆਂ, ਹੁਣ ਕੰਮ ਤਾਂ ਕਰ ਰਿਹਾ, ਕਰ ਲਿਆ ਤਾਂ ਆਉਂਦੀ ਹੈ ਨਾ,
जागिया भी है, काम भी किया, पर की उनका जागना जा उनका काम करना सफल है, चंगा है, प्रवान कर दे। गुरु ने बाणी बिच आके कहन लगे, साकत की अवरदा जा बिरथारी, जैसे कागद के पार मूसा टूक गवावत। पार तो पाव हुंदा है पंड, कहंदे ने कागजां दी पंड, जेडे बड़े कीमती कागज होन, जिंदे एक एक वर्का एक एक पेज किसे दी जीवन दा संबंध रखदा होवे, ओ भी जे चूहे दे हाथ आ जाए रात नू, उंदी पहुंच पैदा हो जाए, उन्हें कदे नहीं सोचो, कहंदा मैं ते कम करना है उन्हें, हालांकि उन्हें वो खांदा भी नहीं, उन्हें पढ़ता भी नहीं, कहंदा मैं ते कम करना, ये कम करना ही सब कुछ होवे, ऐसे रुकना है, क्योंकि जागना ही सब कुछ नहीं। जागन तो अगला पासे लफज है कि जाग के कुछ करना, कम करना, ते फिर कहंदे ने कम करना ही सब कुछ नहीं, ये भी सोचना पाएगा कम की करना। ये तीन चीजें इकट्ठिया हो गई ताणी जागन का फायदा। कहने लगे, जे भला वो कागज दे पार हाथ आ जान चूहे दे, ते टुक टुक के सारी रात विच वो ढेर ला देवे, ना उन्दे अपने काम, ना उन्हें किसी दे काम जोगे छड़े, काम भी कीता, जैसे कागद के भार मूसा टूक गवावत, काम नहीं गवारी। ओ मूर्ख गवार, ना अपना काम करदा है, ना किसी दा काम करदा है, पर करदा है, करदा है। गुरु केंद्र ने बस मैं तेरे सामने इसलिए एक शर्त रखना चाहना, सतगुरु दी ते साडी सांझ की है, सतगुरु दी ते साडी सांझ की रिश्ता है। मनुख ने कुछ करना है, इनू जीवन कुछ करन ले मिले, लफज आए सन कर्म धरती शरीर जुगंत, ये शरीर जेड़ा है कर्म धरती है, इन्हें तो कुछ करना है, अखां ने देखना ही देखना है, जे देखन जोगियां ना रही परेशान हो जाएगा, जबान ने बोलना ही बोलना है, सारी जिंदगी ये बोलना ही सिखदा रह जाता है, इनू बोलना फिर नहीं होता। कन्ना ने सुनना है, कन सुनो रह जाना है, परेशान है, डॉक्टरों को जाता है, मशीन लू आता है, कुछ सुनना चाहिए, क्योंकि मन रात भी एक लफज आए सन कि सगन सहेली अपने रस माती, इंद्रे जड़े ने मेरिया सहेलियां ने, इंद्रियां मेरिया सहेलियां ने, पर सुतियां पईयां ने, कर दी कुछ नहीं। हुण सवाल यह भी, जे भला जाग भी पैन ते जाग के चूहे वाले काम शुरू कर लेन, बोलना है पर पता नहीं की बोलना, बोली जाना है। मैं एक बार कीती सी, बौरा बोलता है, बौरा देखता है, बौरा खांदा है, पर बावरे ते ज्ञान विचार न पाया, उन पता नहीं हुंदा मैं किधर जा रहा, चल रहा पर पता नहीं किथे जाना है, उन पता है खाना है पर इंदा की स्वाद है उन्हें कोई पता नहीं, वो बोलता है, दस आदमी विच बैठा बोलता है, पर जदों बोलता है उन्हें सारे चाहते ने किसी तरह ये चुप कर जाए, बावरा इनू बोलन का पता ही नहीं। हुण सवाल तो यह भी जाग पैना सब कुछ नहीं,
जाग के करना भी सब कुछ नहीं, की करना दा मसला पहला है। ते गुरु दा ते मेरा रिश्ता की है, ओ मैनू की करना है ते की नहीं करना ये सिखाउंदा। लो इत्थों शुरू होंदा है मसला। सतगुरु ने बाणी विच भी आख्या है, सो किछ कर सो किछ कर जित मैल ना लागे। करना तो है, तेनू मैं ये सिखाना चाहना कि जेड़े काम नहीं करन वाले वो छड़ दे। जिन्नी कमी ना है गुण, गुरु ये सिखा रहे हैं। वो निरा जगांदा नहीं, निरा जगांदा नहीं। मैं एक बार तो मेरे सामने आई, मैं हैरान होया, लफ्ज कितने खूबसूरत ने, उसी उप तक पहुंच नहीं रहा। दाती साहिब संधियां आम करके प्रचलित है। दाती साहिब संधियां क्या चल रहा है किस नाल, उनकी मर्जी है, जिन्हों मर्जी देवे उनकी चीजा ने, उनकी वस्तुआं ने। दाती साहिब संधियां क्या चल रही तिस नाल, पर अगली लाइन अंदर एक लफ्ज ते खलो के विश्राम करके पढ़े हो। वो है एक जागंदे ना लहन, एक ना सुत्यां दे उठाल। असी अंदार्थ सिर्फ इत्थे ही रोक देने, भी उनकी मर्जी है, वो सुते नू उठा के भी दे देंदा ते जागदे भी रही, उनके कोल प्राप्त नहीं कर सकते। लो इत्थे बस ने, जिहड़े जागदे ने ना, जिहड़े जागदे ने ते कहंदे ने असीं कुछ कर लईए, उहनां नू वो प्राप्त नहीं हुंदा। वो सुत्यां नू उठाल के दिंदा है, भावे सुत्यां नू नहीं दिंदा। उठाल के दिंदा है, ओ जागो मैं तुहानू सिखावां की करना है की नहीं करना। जे बोल नहीं तो गुरु को सिख, बाबा बोलना क्या कहिए, जैसे राम राम ते गुरु फिर जवाब देवेगा, आखेगा संतन स्यों बोले उपकारी, मूर्ख स्यों बोले चख मारी। बोलत बोलत बड़े गुरु सिखाएगा बोलना की है, ते आखेगा जिन्नी कमी ना है गुण ते कंबड़े विसार। काम तो करना है पर चूहे वाला नहीं, मूसे वाला नहीं, जिंदे नाल तेरा अपना भी कुछ ना सवारे, किसी का भी नुकसान हो जाए। कहने लगे जिन्नी कमी ना है गुण ते कंबड़े विसार, मत शर्मिंदा थी मैं साईं दे दरबार। चूहे की नस्ल बन के चूहे वाला स्टाइल जिंदगी का बिता के फिर रब दे खुशी प्राप्त करना चाहेगा, बिल्कुल नहीं। ना तू कुछ अपना जीवन का सवार है, ना किसी का सवार है। प्राणी तू आया लाहा लैंड लगो कित को फकड़े, सब मुक्ति चली रहना, जीवन की रात खत्म हो रही है, तू जाग भी पिया है। इस जीवन की रात में जाग भी रहे, पर तेन यह नहीं पता की करना की नहीं करना। लो इस शब्द की ये निशाना है। कहन लगे सो जागे सो जागे जिस सतगुर मिले। जागना उसे दा पवित्र है जेड़ा गुरु नाल जुड़िया होया, जेड़ा गुरु कोलों ये सिख रहा है कि की करना है की नहीं करना। सो जागे जिस सतगुर मिले, पंच दूत ओ वस गत करे। सो जागे जो तत्व विचारे, क्योंकि
ਤਤ ਦੀ ਵਿਚਾਰ, ਅਸਲੀਅਤ ਦੀ ਵਿਚਾਰ ਤਾਂ ਗੁਰੂ ਕੋਲੋਂ ਹੀ ਬੈਠ ਕੇ ਹੁੰਦੀ। ਆਪਾਂ ਆਨੰਦ ਸਾਹਿਬ ਪੜ੍ਹਨੇ ਹਾਂ, ਤੱਤੇ ਸਾਰ ਨਾ ਜਾਣੀ ਗੁਰੂ ਬਾਜੋ, ਆਨੰਦ ਸਾਹਿਬ ਦੀ ਪੌੜੀ। ਤੱਤੇ ਸਾਰ ਨਾ ਜਾਣੀ ਗੁਰੂ ਬਾਜੋ, ਤੱਤ ਦਾ ਪਤਾ ਹੀ ਨਹੀਂ ਲੱਗਦਾ ਜੀਵਨ ਦਾ ਤੱਤ ਕੀ ਹੈ। ਮੈਂ ਕਰ ਰਿਹਾ, ਠੀਕ ਕਰ ਰਿਹਾ ਜਾਂ ਗਲਤ ਕਰ ਰਿਹਾ, ਇਹ ਕਰ ਰਿਹਾ ਬਸ ਇੰਨਾ ਹੀ ਪਤਾ ਹੁੰਦਾ। ਇਸ ਤੋਂ ਅੱਗੇ ਕੀ ਕਰ ਰਿਹਾ, ਇਹਦਾ ਫਾਇਦਾ ਕੀ ਹੈ, ਨੁਕਸਾਨ, ਮੈਨੂੰ ਕੀ ਸੁੱਖ ਹੈ, ਦੂਜੇ ਨੂੰ ਕੀ ਸੁੱਖ ਹੈ, ਕੁਛ ਪਤਾ ਨਹੀਂ। ਤੱਤੇ ਸਾਰ ਨਾ ਜਾਣੀ ਗੁਰੂ ਬਾਝੋ, ਤੱਤੇ ਸਾਰ ਨਾ ਜਾਣੀ। ਅਤੇ ਅਗਲੀ ਲਾਈਨ ਵਿੱਚ ਕਹਿਣ ਲੱਗੇ, ਉੱਥੇ ਵੀ ਲਫ਼ਜ਼ ਸੁੱਤੇ ਹੈ, ਕਹਿੰਦੇ ਲੱਗੇ ਤੇਈ ਗੁਣੀ ਸੰਸਾਰ ਭਰਮ ਸੁੱਤਾ, ਸੁੱਤਿਆਂ ਰਹਿਣ ਬਿਆਣੀ ਤੇਈ ਗੁਣੀ, ਰਜੋ ਗੁਣੀ, ਤਮੋ ਗੁਣੀ, ਸਤੋ ਗੁਣੀ, ਇਹ ਤਿੰਨ ਗੁਣਾਂ 'ਚ ਸੰਸਾਰ ਵੰਡਿਆ ਹੋਇਆ ਹੈ। ਅਤੇ ਭਾਵ ਇਸ ਦਾ ਇਹ ਹੈ ਕਿ ਸਾਰਾ ਸੰਸਾਰ ਹੀ ਸੁੱਤਾ ਪਿਆ ਗਿਆ, ਸਭ ਮਦ ਮਾਤੇ ਕੋ ਨਾ ਜਾਗ। ਰਾਤ ਵਾਲੇ ਉਸ ਸਬਜੈਕਟ ਨੂੰ ਅੱਗੇ ਤੋਰਨਾ ਚਾਹੁੰਦਾ ਸੀ, ਸਭ ਮਦ ਮਾਤੇ ਕੋ ਨਾ ਜਾਗ, ਤੇਈ ਗੁਣੀ ਸੰਸਾਰ ਭਰਮ ਸੁੱਤਾ। ਤਿੰਨਾਂ ਗੁਣਾਂ ਵਿੱਚ ਵਿਚਰ ਰਿਹਾ ਸੰਸਾਰ ਜਿਹੜਾ ਹੈ ਉਹ ਭਰਮ ਵਿੱਚ ਸੁੱਤਾ ਹੋਇਆ ਹੈ। ਭਰਮ ਕੀ ਹੁੰਦਾ, ਜੋ ਕੁਛ ਕਰ ਰਿਹਾ ਪਤਾ ਹੀ ਨਹੀਂ ਕੀ ਕਰ ਰਿਹਾ। ਤੂੰ ਕਹੀ ਸੀ ਮਾਧਵੇ, ਕਿਆ ਕਹੀਏ ਭਰਮ ਐਸਾ, ਕਿਆ ਕਹੀਏ ਭਰਮ ਐਸਾ, ਅਤੇ ਜਵਾਬ ਸੀ ਜੈਸਾ ਮਾਨੀਏ ਹੋਏ ਨਾ, ਤਾਂ ਪਤਾ ਹੀ ਨਾ ਹੋਵੇ ਮੈਂ ਕੀ ਕਰ ਰਿਹਾ, ਮੈਂ ਜੋ ਸਮਝ ਕੇ ਕਰ ਰਿਹਾ ਉਹ ਹੈ ਹੀ ਨਹੀਂ, ਜਿਹਨੂੰ ਮੈਂ ਧਰਮ ਸਮਝ ਕੇ ਕਰ ਰਿਹਾ ਉਹ ਧਰਮ ਹੈ ਹੀ ਨਹੀਂ, ਜਿਹਨੂੰ ਮੈਂ ਨਿਤਨੇਮ ਸਮਝ ਕੇ ਕਰ ਰਿਹਾ ਬਾਣੀ ਦਾ ਉਹ ਨਿਤਨੇਮ ਹੈ ਹੀ ਨਹੀਂ। ਕਿਆ ਕਹੀਏ ਭਰਮ ਐਸਾ, ਜੈਸਾ ਮਾਨੀਏ ਹੋਏ ਨਾ ਤੈਸਾ, ਉਹ ਤਾਂ ਸੁਪਨਾ ਹੈ। ਤੇ ਗੁਣੀ ਸੰਸਾਰ ਭਰਮ ਸੁੱਤਾ, ਸੁੱਤਿਆਂ ਰਹਿਣ ਵਿਹਾਣੀ, ਸਾਰੀ ਰਾਤ ਜੀਵਨ ਦੀ ਸੁੱਤਿਆਂ ਹੀ ਬੀਤ ਗਈ, ਭਰਮ ਹੀ ਨਹੀਂ ਖਤਮ ਹੋਏ। ਭਰਮ ਮਨੁੱਖ ਦੀ ਬਲਕਿ ਕਦੀ ਕੋ ਵੀ ਸੱਚਾਈ ਹੈ, ਸਿੱਖ ਦੀ ਜ਼ਿੰਦਗੀ ਦੇ ਨੇੜੇ ਹੋ ਕੇ ਦੇਖੋ, ਜਿੰਨੇ ਭਰਮ ਸਿੱਖ ਦੀ ਜ਼ਿੰਦਗੀ ਵਿੱਚ, ਜਿੰਨੇ ਸਵਾਲ ਸਿੱਖ ਦੀ ਜ਼ਿੰਦਗੀ ਵਿੱਚ ਨੇ, ਕਿਤੇ ਨਹੀਂ। ਇਹ ਤਾਂ ਖਾਣ ਪੀਣ ਪਹਿਨਣ ਹਰ ਚੀਜ਼ 'ਤੇ ਭਰਮ ਕਰੀ ਵੀ ਥਾ, ਸਵਾਲ ਹੀ ਸਵਾਲ ਨੇ। ਜਿਵੇਂ ਆਹ ਖਾ ਲਿਆ ਮੈਂ ਸਿੱਖ ਨਹੀਂ, ਪੈਂਟ 'ਤੇ ਜਿਵੇਂ ਆ ਪੈਂਟ ਪਾ ਲਈ ਮੈਂ ਸਿੱਖ ਨਹੀਂ, ਜਿਵੇਂ ਪੱਗ ਨੁੱਕਰ ਵਾਲੀ ਬੰਨ ਲਈ ਮੈਂ ਸਿੱਖ ਨਹੀਂ, ਹੈਂ ਭਰਮ। ਜੇ ਜੀਵਨ ਅੰਦਰ ਝਾਤ ਮਾਰੀਏ ਤੇ ਸਭ ਤੋਂ ਜ਼ਿਆਦਾ ਭਰਮਾਂ ਦੀ ਪੰਡ ਚੁੱਕੀ ਸਿੱਖ ਫਿਰਦਾ ਹੈ। ਤੇ ਭਰਮ ਜਿਹੜਾ ਹੈ ਉਹਦੀ ਨਿਸ਼ਾਨੀ ਇਹੀ ਹੈ ਕਿ ਜੈਸਾ ਮਾਨੀਏ ਹੋਏ ਨਾ ਤੈਸਾ, ਕਰਮ ਕਰੀ ਜਾਂਦਾ ਹੈ ਪਰ ਪਤਾ ਹੀ ਨਹੀਂ ਕੀ ਕਰਨਾ। ਅਤੇ ਗੁਰੂ ਇਹੋ ਹੀ ਦੱਸਦਾ ਵੀ ਕਰਮ ਕੀ ਕਰਨਾ ਅਤੇ ਕੀ ਨਹੀਂ ਕਰਨਾ, ਉਹਦਾ ਉਹ ਜਿਹੜਾ ਦੱਸਦਾ ਉਸਦਾ ਨਾਂ ਤੱਤ ਹੈ। ਹਰ ਚੀਜ਼ ਦਾ ਤੱਤ ਜਾਣਨਾ, ਗੁਰੂ ਕਹਿੰਦੇ ਤੇਈ ਗੁਣੀ ਸੰਸਾਰ ਭਰਮ ਸੁੱਤਾ, ਸੁੱਤਿਆਂ ਰਹਿਣ ਵਿਹਾਣੀ। ਅਗਲੀ ਲਾਈਨ ਫਿਰ ਪੜ੍ਹੋ, ਗੁਰ ਕਿਰਪਾ ਤੇ ਸੇ ਜਨ ਜਾਗੇ, ਜਿੰਨਾ ਹਰ ਮਨ ਵਸਿਆ ਬੋਲੇ ਅੰਮ੍ਰਿਤ ਬਾਣੀ। ਲਓ ਆਹ ਸੀ ਤਰੀਕਾ ਭਰਮ ਵਿੱਚੋਂ ਨਿਕਲਣ ਦਾ, ਜੀਵਨ ਦਾ ਤੱਤ ਪਛਾਣਨ ਦਾ, ਬਾਣੀ ਰਾਹੀਂ ਗੁਰੂ ਰਾਹੀਂ। ਪਰ ਅਸੀਂ ਗੁਰੂ ਦੇ ਦਰਬਾਰ ਵਿੱਚ ਵੀ ਭਰਮ ਲੈ ਕੇ ਆ ਕੇ ਬੈਠੇ, ਇੱਥੇ ਵੀ ਤੱਤ ਨਹੀਂ ਪਛਾਣ ਸਕਦੇ ਪਏ। ਨਹੀਂ ਤਾਂ ਇੰਨਾ ਸਮਾਂ ਬੀਤ ਜਾਏ, ਸਦੀਆਂ ਬੀਤ ਜਾਣ, 500 ਵਰ੍ਹਾ ਬੀਤ ਜਾਏ, ਸ੍ਰੀ ਗੁਰੂ ਗ੍ਰੰਥ ਸਾਹਿਬ ਪ੍ਰਕਾਸ਼ ਦੇ ਦੁਆਲੇ ਵੀ ਬੈਠਾ, 400 ਵਰ੍ਹਾ ਵੀ ਬੀਤ ਜਾਏ, ਅਜੇ ਤੱਕ ਭਰਮ ਹੀ ਭਰਮ ਬਣੇ ਰਹਿਣ। ਅਜੇ ਤੱਕ ਮੈਂ ਆਹ ਖਾਵਾਂ ਨਾ ਖਾਵਾਂ, ਆ ਪਹਿਨਾ ਨਾ ਪਹਿਨਾ, ਇੱਥੋਂ ਤੱਕ ਕਿ ਜੇ ਇਹਨੇ ਕਾਲਾ ਨੀਲਾ ਪੀਲਾ ਰੰਗ ਨਾ ਬੰਨਿਆ, ਜੇ ਇਹਦੀ ਥਾਂ 'ਤੇ ਇਹਨੇ ਲਾਲ ਰੰਗ ਦੀ ਪੱਗ ਬੰਨ ਲਈ ਤਾਂ ਸਿੱਖ ਨਹੀਂ ਰਿਹਾ, ਇਹ ਵੀ ਭਰਮ ਬਣ ਗਿਆ। ਖਿਆਲ ਕਰਿਓ, ਗੁਰੂ ਨੇ ਇਸੇ ਲਈ ਆਖਿਆ ਭਰਿਆ
जाग पहना जरूरी है, पर जाग का मतलब है अगला स्टेप है कर्म करना। सुत्या मनुख कोई कर्म नहीं कर सकता, न चंगा न मंदा। जाग पहना चंगी गल है, कर्म करना। तो फिर कर्म केड़ा करना, कितने चूहे वाला तो नहीं करना सारी रात टुक टुक के सारिया किताबा ही कट दे ते आप पढ़े ना कस ते पढ़न जोगियां छड़े मूस जैसे कागज के बाहर मूसा टूक गवावत काम नहीं गवारी। उस तो अगला मसला की करना, ते ओ गल गुरु सिखांदा है की करना है ते की नहीं करना। ते गुरु ने इसे लिए बाणी विच कहिंदे कि जागण दा फायदा ही तां है जे गुरु कोलों तत पछाण लै भी मैं जीवन विच की करना है ते की नहीं करना। सतगुरु कहिंदे ने सो जागे जिस सतगुर मिले, सो जागे जिस सतगुर मिले, पंच दूत ओ वसगत करे, सो जागे जो तत् विचारे, सो जागे जो तत् विचारे, आप मरे अवरान मारे। अज तक मनुख आपा नहीं बदल रहा, आपा नहीं छड़ रहा, आप नहीं मर रहा, दूजे नू मार रहा है। ओ बदल जाए, जे नहीं बदलदा ते मैं शक्ति वर्त के जबरन इनू बदलांगा। अपने आप नू नहीं बदलदा। गुरु कहते आप मरे अमरा नहीं मारे, सो जागे जो एक को जाने, क्योंकि जागण दे अगे सो दी शर्त ला दित्ती ने। सो जागे जो एक को जाने, पर किरत छोड़ दे, पर किरत छोड़े तत् पुछाने, जो मरना विच कर लगे। कोई मसला नहीं है, पंडित है, पेखतारी है, छत्री है, खत्री है, ब्राह्मण है, शूद्र है, वैसा जेड़ा भी गुरु कोल बैठ के तत् पछाण लै वो परवान है। जो मरना विच, जो मरना विच जागे को, जागे को जमै काल छूटे सोए। आखरी तो कंदर बड़ा खूबसूरत दोहर फी फैसला दिता ने, कहते कहो नानक जन जागे सोए, भावें रात नू जाग ते भावें दिने जाग, भावें बचपन विच जाग, भावें जवानी विच जाग ते भावें बुढ़ेपे विच जाग, भावें जाग के कुछ करी जा, दिन रात करी जा, पर सारिया चीज़ा व्यर्थ ने जे तू तत् ना पछाण सक्यो भी की करना है ते की नहीं करना। ओ गुरु कोलों पछाणे।
ਇਸ ਲਈ ਆਖਰੀ ਲਾਈਨ ਅੰਦਰ ਇੱਕ ਫੈਸਲਾ ਦੇ ਦਿੱਤਾ। ਕਹਿਣ ਲੱਗੇ ਜਨ ਜਾਗੇ ਸੋਏ ਗਿਆਨ ਅੰਜਨ ਤਤ। ਸਮਝ ਲੈਣਾ, ਪਤਾ ਲੱਗ ਜਾਣਾ ਕਿ ਕੀ ਕਰਨਾ ਕੀ ਨਹੀਂ ਕਰਨਾ। ਕਹਿਣ ਲੱਗੇ ਜਿੰਨੀ ਦੇਰ ਤੇਰੀਆਂ ਨੇਤਰਾਂ ਵਿੱਚ, ਤੇਰੀਆਂ ਅੱਖਾਂ ਵਿੱਚ, ਤੇਰੇ ਲੋਇਨਾਂ ਵਿੱਚ, ਸੁਰਤੀ ਦੇ ਲੋਇਨਾਂ ਵਿੱਚ ਗਿਆਨ ਨਹੀਂ ਆਉਂਦਾ, ਓਨੀ ਦੇਰ ਤੇਰਾ ਜਾਗਣਾ ਵੀ ਅਤੇ ਸੌਣਾ ਵੀ, ਓਨੀ ਦੇਰ ਤੇਰਾ ਕੁਝ ਕਰਨਾ ਵੀ ਅਤੇ ਛੱਡਣਾ ਵੀ, ਸਭ ਕੁਝ ਵਿਅਰਥ ਹੋ ਜਾਂਦਾ ਹੈ। ਕੋ ਨਾਨਕ ਜਨ ਜਾਗੇ ਸੋ ਗਿਆਨ ਅੰਜਨ ਜਾਗੀ ਨੇਤਰੀ ਹੋਏ ਗਿਆਨ ਅੰਜਨ ਜਾਗੀ ਨੇਤਰੀ ਹੋਏ ਪਹੁੰਚਣ ਲਈ ਤੱਤ ਦਾ ਜਾਣਨਾ ਜ਼ਰੂਰੀ ਹੈ ਅਤੇ ਤੱਤ ਹੈ ਗਿਆਨ ਦੇ ਅਧੀਨ। ਇਸ ਲਈ ਫੈਸਲਾ ਦੇ ਦਿੱਤਾ, ਤੇਈ ਗੁਣੀ ਸੰਸਾਰ ਭਰਮ ਸੁੱਤਾ ਸੁੱਤਿਆਂ ਰਹਿਣ ਵਿਹਾਣੇ ਗੁਰ ਕਿਰਪਾ ਅਤੇ ਸੇ ਜਨ ਜਾਗੇ ਜਿੰਨਾ ਹਰ ਮਨ ਵਸਿਆ ਬੋਲੇ ਅੰਮ੍ਰਿਤ ਬਾਣੀ ਕਹੇ ਨਾਨਕ ਸੋ ਤੱਤ ਪਾਏ ਜਿਸ ਨੂੰ ਅਣ ਦਿਨ ਹਰ ਲਿਵ ਲਾਗੇ ਜਾਗਤ ਰਹਿਣ ਵਿਹਾਣੇ। ਫੈਸਲਾ ਸੀ, ਇਸ ਲਈ ਆਪਾਂ ਰੋਜ਼ ਪੜ੍ਹਨੇ ਗਿਆਨ ਅੰਜਨ ਗੁਰਦੀਆ ਅਗਿਆਨ ਅੰਧੇਰ ਵਿਨਾਸ਼। ਸਤਿਗੁਰੂ ਮਿਲੇ ਗਿਆਨ ਦਾ ਅੰਜਨ ਨੇਤਰਾਂ ਵਿੱਚ ਦੇਵੇ ਅਤੇ ਸਾਨੂੰ ਤੱਤ ਦੀ ਪਛਾਣ ਆਵੇ ਕਿ ਅਸੀਂ ਕੀ ਕਰਨਾ ਅਤੇ ਕੀ ਨਹੀਂ ਕਰਨਾ, ਛੱਡਣਾ ਕੀ ਹੈ, ਗ੍ਰਹਿਣ ਕੀ ਕਰਨਾ ਹੈ। ਬਸ ਇਹੀ ਫੈਸਲਾ ਗੁਰੂ ਕੋਲੋਂ ਲੈਣਾ ਹੈ। ਇਹਨਾਂ ਸ਼ਬਦਾਂ ਨਾਲ ਖਿਮਾ ਦਾ ਜਾ ਚੁੱਕਾਂ। ਫਤਿਹ ਬੁਲਾਓ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ।